ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਪਿੰਡ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ 9th ਕਲਾਸ ਵਿੱਚ ਪੜ੍ਹਦੇ ਹਾਂ। ਅੱਜ ਅਸੀਂ ਇਸ ਗੁਰਦੁਆਰੇ ਸਿੰਘ ਸਭਾ ਗੁਰਦੁਆਰੇ ਅਸੀਂ ਕੁਇਜ਼ ਕੰਪੀਟੀਸ਼ਨ ਲਿਆਏ ਸਨ, ਜੋ ਕਿ ਸਾਡੇ ਸਿੱਖੀ ਨਾਲ ਰਿਲੇਟਡ, ਸਾਡੇ ਗੁਰੂ ਸਾਹਿਬਾਨ ਦੇ ਜਨਮ, ਇਤਿਹਾਸਿਕ ਗੁਰਦੁਆਰੇ ਅਤੇ ਹੋਰ ਗੱਲਾਂ ਨਾਲ ਰਿਲੇਟਡ ਕੁਸ਼ਚਨ ਆਨਸਰ ਕੁਸ਼ਚਨ ਉੱਤਰ ਕੀਤੇ ਗਏ ਸਨ। ਅਤੇ ਇਸ ਕੰਪੀਟੀਸ਼ਨ ਦੇ ਮੌਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਕੁਛ ਵਿਦਿਆਰਥੀ ਜਿੱਤੇ ਵੀ ਹਨ, ਫਸਟ ਸੈਕਿੰਡ ਥਰਡ ਪ੍ਰਾਈਜ਼ ਦਿੱਤੇ ਗਏ ਹਨ, ਉਹਨਾਂ ਨੂੰ ਮੈਡਲ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇਸ ਗੁਰਦੁਆਰੇ ਵਿੱਚ ਆਏ ਅਤੇ ਸਾਨੂੰ ਇਹ ਭਾਗਾਂ ਸਾਨੂੰ ਸਮਾਂ ਮਿਲਿਆ ਹੈ। ਅਸੀਂ ਗੁਰੂ ਚਰਨਾਂ ਕੋਲ ਬੈਠ ਕੇ ਉਹਨਾਂ ਦੇ ਪ੍ਰਸ਼ਨ ਉੱਤਰ ਉਹਨਾਂ ਦੇ ਉੱਤਰ ਦਿੱਤੇ ਸਨ। ਅਤੇ ਸਾਨੂੰ ਹਮੇਸ਼ਾ ਚਾਹੀਦਾ ਹੈ ਕਿ ਕੰਪੀਟੀਸ਼ਨ ਜਾਂ ਮੁਕਾਬਲੇ ਹਮੇਸ਼ਾ ਇੱਥੇ ਜਾਂਦੇ ਰਹਿਣਾ ਚਾਹੀਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਜਿੱਤੇ ਹਾਂ ਜਾਂ ਹਾਰੇ ਹਾਂ, ਭਾਗ ਲੈਣਾ ਜ਼ਿਆਦਾ ਮਾਇਨੇ ਰੱਖਦਾ। ਮੈਂ ਗੁਰਮੀਤ ਸਿੰਘ ਕੁਲਾਰ, ਹਲਕਾ ਇੰਚਾਰਜ ਆਤਮਨਗਰ ਸ਼੍ਰੋਮਣੀ ਅਕਾਲੀ ਦਲ। ਅੱਜ ਹਲਕਾ ਆਤਮਨਗਰ ਦੇ ਵਿੱਚ ਗੁਰਬਾਣੀ ਪ੍ਰਚਾਰ ਦਾ ਜਿਹੜਾ ਅੱਜ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਾ ਸਰ ਸੋਹਣ ਸਿੰਘ ਜੀ ਗੁੱਗਾ ਜੀ ਵੱਲੋਂ, ਕਿ 8 ਸਕੂਲਾਂ ਦੇ ਬੱਚੇ ਬੁਲਾ ਕੇ ਉਹਨਾਂ ਨੂੰ ਵਿਰਸੇ ਦੇ ਨਾਲ ਜੋੜਿਆ ਵਾ। ਕੌਮਾਂ ਖਤਮ ਹੋ ਜਾਂਦੀਆਂ ਨੇ ਜਿਹੜੇ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ, ਪਰ ਗੁਰਬਾਣੀ ਦੇ ਉਹਨਾਂ ਨੇ ਅੱਜ ਇੱਥੇ ਮੁਕਾਬਲੇ ਕਰਵਾਏ ਨੇ ਬੱਚਿਆਂ ਦੇ, ਸਕੂਲ ਦੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਆ। ਇਹ ਇੱਕ ਬਹੁਤ ਹੀ ਵੱਡਾ ਉਪਰਾਲਾ ਵਾ, ਕਿਉਂਕਿ ਜਿੰਨੀ ਦੇਰ ਤੱਕ ਗੁਰੂ ਤੋਂ ਬਗੈਰ ਸਾਡੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਸੀਂ ਜ਼ਿੰਦਗੀ ਦੇ ਵਿੱਚ ਕੁਛ ਪਾ ਨਹੀਂ ਸਕਦੇ। ਸਾਡੀ ਗੁਰਬਾਣੀ ਦੇ ਵਿੱਚ ਵੀ ਕਿਹਾ ਕਿ ਜੇ ਸੌ ਚੰਦਾ ਉੱਗਦਾ, ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ, ਗੁਰਬਿਨ ਘੋਰ ਅੰਧਾਰ। ਸੋ ਅੱਜ ਗੁਰੂ ਦਾ ਬਹੁਤ ਵੱਡਾ ਰੋਲ ਹੈ। ਅੱਜ ਇੱਥੇ ਜਿਹੜੇ ਸਕੂਲ ਟੀਚਰਸ ਨੇ ਆਪਣੇ ਬੱਚਿਆਂ ਨੂੰ ਟੈਲੈਂਟ ਉਹਨਾਂ ਦੇ ਵਿੱਚ ਕੱਢਿਆ, ਉਸ ਦਾ ਅੱਜ ਇੱਕ ਪ੍ਰਤੱਖ ਸਬੂਤ ਇੱਥੇ ਸਾਡੇ ਸਾਹਮਣੇ ਨਜ਼ਰ ਆਇਆ। ਬਹੁਤ ਬਹੁਤ ਧੰਨਵਾਦ।